ਤਾਂ ਵੀਰ ਜੀ ਬੁਲਟ ਵਾਲਿਆਂ ਦੀ ਇੱਕ ਹੋਰ ਵੀਡੀਓ 'ਚ ਤੁਹਾਡਾ ਸਵਾਗਤ ਆ। ਅੱਜ ਦਾ ਬਲੌਗ ਬੜਾ ਖਾਸ ਹੋਣ ਜਾ ਰਿਹਾ। ਅੱਜ ਆਪਾਂ ਜਾ ਰਹੇ ਹਾਂ ਰਾਮ ਤੀਰਥ ਅੰਮ੍ਰਿਤਸਰ ਲੁਧਿਆਣੇ ਤੋਂ। ਇਹ ਜਰਨੀ ਆ ਆਲਮੋਸਟ 170 ਕਿਲੋਮੀਟਰ ਦੀ ਇਹ ਜਰਨੀ ਹੈ। ਮਾਣੇ ਜੀ ਤੁਸੀਂ ਵੀ ਨਾਲ, ਤੁਹਾਨੂੰ ਵੀ ਬੜਾ ਇਤਿਹਾਸਿਕ ਜਗ੍ਹਾ ਵਾ ਤੇ ਸਾਰੇ ਦੇ ਦਰਸ਼ਨ ਕਰਾਵਾਂਗੇ। ਤਾਂ ਫਿਰ ਪਹਿਲਾਂ ਤਾਂ ਘਰੋਂ ਨਿਕਲਦੇ ਹਾਂ, ਰਸਤੇ ਦਾ ਵੀ ਤੁਹਾਨੂੰ ਕੁਛ ਨਾ ਕੁਛ ਦ੍ਰਿਸ਼ ਦਿਖਾਊਂਗਾ ਤੇ ਬਾਕੀ ਆਪਾਂ ਰਸਤੇ 'ਚ ਹੀ ਗੱਲਾਂ ਕਰਦੇ ਹਾਂ। ਤੁਹਾਨੂੰ ਦੀ ਹਿਸਟਰੀ ਵੀ ਦੱਸਾਂਗੇ ਇਸ ਸਥਲ ਦੀ, ਠੀਕ ਆ। ਤੁਸੀਂ ਪਹਿਲਾਂ ਇੱਕ ਵਾਰ ਇਹਦਾ ਓਵਰਵਿਊ ਦੇਖ ਲਓ ਅਤੇ ਵਿੱਚ ਇਹ ਸਰੋਵਰ ਆ। ਇਸ ਤਰ੍ਹਾਂ ਹੀ ਛੋਟੇ ਛੋਟੇ ਮੰਦਰ ਨੇ ਇਹਦੇ ਵਿੱਚ ਬਣੇ ਹੋਏ। ਅਤੇ ਪਹਿਲਾ ਜਿਹੜਾ ਮੰਦਰ ਆ ਇਹ ਜਗਨਨਾਥ ਜੀ ਦਾ ਵਾ। ਕ੍ਰਿਸ਼ਨ ਜੀ ਦਾ ਮੰਦਰ ਆ ਨਾਲ। ਇਹ ਰਸਤੇ ਦੇ ਵਿੱਚ ਆ ਸਾਰਾ ਇਸ ਤਰ੍ਹਾਂ ਸ਼ੈੱਡ ਪਾਏ ਹੋਏ ਨੇ ਜੇ ਬਾਰਿਸ਼ ਜਾਂ ਕੋਈ ਮੌਸਮ। ਔਰ ਬਹੁਤ ਖੂਬਸੂਰਤ ਇਮਾਰਤ ਆ, ਹਿਸਟਰੀ ਵੀ ਤੁਹਾਨੂੰ ਦੱਸੂੰਗਾ ਨਾਲ ਨਾਲ। ਤਾਂ ਜਿਹੜਾ ਮੇਨ ਪਰਿਸਰ ਆ ਉਹ ਇਹ ਆ ਭਗਵਾਨ ਸ਼੍ਰੀ ਵਾਲਮੀਕਿ ਜੀ ਦਾ ਜਿਹੜਾ ਬਣਿਆ ਹੋਇਆ ਵਾ। ਅਤੇ ਇੱਥੇ ਦੀ ਤੁਹਾਨੂੰ ਹਿਸਟਰੀ ਵੀ ਨਾਲ ਨਾਲ ਜ਼ਰੂਰ ਦੱਸਾਂਗਾ। ਅਤੇ ਇਹ ਜਿਵੇਂ ਨੀਂਹ ਪੱਥਰ ਰੱਖੇ ਸੀਗੇ ਇਸ ਇਮਾਰਤ ਨੂੰ ਤਿਆਰ ਕਰਨ ਲਈ, ਤੇ ਉਹਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਹੋਈ ਹੈ। ਤਾਂ ਉਸ ਤੋਂ ਬਾਅਦ ਸਾਰੀ ਜਿਹੜੀ ਇਹ ਬਿਲਡਿੰਗ ਇਮਾਰਤ ਆ ਇਹਦੇ ਵਿੱਚ ਇਸੇ ਤਰ੍ਹਾਂ ਹੀ ਰਸਤਾ ਵੀ ਬਣਿਆ ਹੋਇਆ ਚੱਲਣ ਲਈ। ਮੰਦਰ ਨੇ ਕਾਫੀ, ਵਿੱਚ ਇਹਦੇ ਪ੍ਰਾਚੀਨ ਮੰਦਰ ਨੇ। ਇਹ ਭਗਵਾਨ ਵਾਲਮੀਕਿ ਜੀ ਦਾ ਜਿਹੜਾ ਮੇਨ ਮੰਦਰ ਆ ਉਹ ਇਹ ਸਥਾਨ ਬਣਿਆ ਹੋਇਆ ਵਾ। ਅਤੇ ਰਮਾਇਣ ਦੇ ਰਚੇਤਾ ਸੀ ਜਿਨ੍ਹਾਂ ਨੇ ਰਮਾਇਣ ਲਿਖੀ ਭਗਵਾਨ ਵਾਲਮੀਕਿ ਜੀ ਨੇ। ਅਤੇ ਇਸ ਜਗ੍ਹਾ ਦਾ ਇਤਿਹਾਸ ਬੜਾ ਵੱਡਾ ਵਾ। ਅਤੇ ਜਦੋਂ ਰਾਮ ਚੰਦਰ ਜੀ ਨੇ ਸੀਤਾ ਮਾਤਾ ਦਾ ਤਿਆਗ ਕਰਤਾ ਸੀ ਤਾਂ ਇਸ ਸਥਾਨ ਦੇ ਉੱਤੇ ਵਾਲਮੀਕਿ ਆਸ਼ਰਮ ਦੇ ਵਿੱਚ ਹੀ ਮਾਤਾ ਸੀਤਾ ਜੀ ਨੇ ਆਪਣੇ ਸਮੇਂ ਨੂੰ ਬਤੀਤ ਕੀਤਾ ਸੀ। ਅਤੇ ਲਵ ਦਾ ਜਿਹੜਾ ਜਨਮ ਸੀ ਉਹ ਵੀ ਇਸ ਸਥਾਨ ਦਾ ਹੀ ਸੀ, ਜਿਹੜੇ ਰਾਮ ਚੰਦਰ ਜੀ ਦੇ ਬੇਟੇ ਸੀ ਲਵ ਕੁਸ਼। ਅਤੇ ਇਸੇ ਤਰ੍ਹਾਂ ਹੀ ਇੱਥੇ ਮੰਦਰ ਬਣੇ ਹੋਏ ਨੇ। ਅਤੇ ਇਸ ਤਰ੍ਹਾਂ ਹੀ ਇੱਕ ਮੰਦਰ ਆ ਵਾ ਬਣਿਆ ਹੋਇਆ। ਇਹਦੇ ਵਿੱਚ ਕੁਛ ਮੰਦਰ ਤਾਂ ਪ੍ਰਾਚੀਨ ਨੇ ਅਤੇ ਕੁਛ ਮੰਦਰ ਜਿਹੜੇ ਨੇ ਉਹ ਬਾਅਦ ਵਿੱਚ ਬਣੇ ਹੋਏ ਨੇ। ਬਾਕੀ ਮੰਦਰ ਦਾ ਜਿਹੜਾ ਮਤਲਬ ਪ੍ਰਾਂਗਣ ਜਾਂ ਆਪਾਂ ਵੀ ਲਗਾ ਲਓ ਪਰਿਸਰ ਬਹੁਤ ਹੀ ਖੂਬਸੂਰਤ ਆ, ਇਸ ਤਰ੍ਹਾਂ ਫੁਆਰੇ ਬਣੇ ਹੋਏ ਨੇ। ਅਤੇ ਜਿਹੜਾ ਇਹ ਸਰੋਵਰ ਆ ਇਹਦਾ ਵੀ ਇੱਕ ਇਤਿਹਾਸ ਆ ਵੀ ਹਨੂੰਮਾਨ ਜੀ ਨੇ ਮਾਤਾ ਸੀਤਾ ਜੀ ਦੇ ਕਹਿਣ ਦੇ ਉੱਤੇ 2.5 ਟੱਕ ਦੇ ਵਿੱਚ ਇਹ ਸਰੋਵਰ ਦਾ ਨਿਰਮਾਣ ਕੀਤਾ ਸੀ। ਤਾਂ 1 ਟੱਕ ਜਿਹੜਾ ਸੀ ਆਪਾਂ ਪਰਲੀ ਸਾਈਡ ਦੇਖਿਆ, 1 ਟੱਕ ਇੱਧਰਲੀ ਸਾਈਡ ਔਰ ਅੱਧਾ ਟੱਕ ਉਹ ਵਾਲਾ।
ਤੇ ਪਹਿਲਾਂ ਇੱਥੇ ਨਹਾਉਣ ਦਾ ਵੀ ਸੀ ਬਟ ਹੁਣ ਉਹਨਾਂ ਨੇ ਸਾਰਾ ਬੰਦ ਕਰਤਾ ਵਿੱਚ ਫੁਆਰੇ ਲੱਗੇ ਹੋਏ ਨੇ ਤੇ ਸਾਹਮਣੀ ਸਾਈਡ ਤੁਸੀਂ ਦੇਖ ਸਕਦੇ ਹੋ ਪ੍ਰਾਚੀਨ ਮੰਦਿਰ ਨੇ ਉਹ ਵੀ ਤੁਹਾਨੂੰ ਵੀਡੀਓ 'ਚ ਅੱਗੇ ਦਿਖਾਵਾਂਗੇ ਆਪਾਂ ਤੇ ਇਸੇ ਤਰ੍ਹਾਂ ਹੀ ਅੱਗੇ ਜਿਵੇਂ ਇੱਕ ਆ ਮੰਦਿਰ ਆ ਕੋਰਨਰ 'ਚ ਅਤੇ ਆਪਾਂ ਐਂਟਰ ਹੋ ਕੇ ਲੈਫਟ ਹੈਂਡ 'ਤੇ ਆਏ ਸੀ ਤਾਂ ਇਹ ਪਹਿਲਾ ਮੰਦਿਰ ਆ ਭਜਨ ਵਗੈਰਾ ਚੱਲ ਰਹੇ ਨੇ ਅਤੇ ਬੈਠਣ ਦਾ ਬਹੁਤ ਸੋਹਣਾ ਪ੍ਰਬੰਧ ਆ ਤੁਸੀਂ ਬੈਠ ਕੇ ਆਨੰਦਮਈ ਤਰੀਕੇ ਨਾਲ ਇੱਥੇ ਆਨੰਦ ਲੈ ਸਕਦੇ ਹੋ ਅਤੇ ਇਹ ਗਊਸ਼ਾਲਾ ਜੀ ਗਊ ਗੋਪਾਲ ਮੰਦਿਰ ਨਿਰਮਾਣ ਰਾਮ ਤੀਰਥ ਤੇ ਇੱਦਾਂ ਅੰਦਰ ਦੁਕਾਨਾਂ ਵੀ ਨੇ ਬਣੀਆਂ ਹੋਈਆਂ ਠੀਕ ਆ ਜਿਹੜੀ ਤੁਸੀਂ ਇਸ ਟਾਈਮ ਦੇਖ ਰਹੇ ਹੋ ਸੀਤਾ ਮਾਤਾ ਜੀ ਦੀ ਕੁਟੀਆ ਵਾ ਪ੍ਰਾਚੀਨ ਮੰਦਿਰ ਹੈ ਇਹ ਵੀ ਮਤਲਬ ਇਸ ਇਮਾਰਤ ਦੇ ਵਿੱਚ ਟੋਟਲ ਦੇ ਵਿੱਚ ਜਿਹੜੇ ਪੁਰਾਣੇ ਮੰਦਿਰ ਨੇ ਉਹਨਾਂ ਦੇ ਵਿੱਚੋਂ ਅਤੇ ਮਹੰਤ ਗਣੇਸ਼ ਦਾਸ ਜੀ ਦੇ ਅੰਡਰ ਇਹ ਮੰਦਿਰ ਆ ਅਤੇ ਇੱਥੇ ਜਿਵੇਂ ਕਿਸੇ ਨੂੰ ਪੁੱਤ ਦੀ ਸੁੱਖਣਾ ਹੋਵੇ ਜਵਾਕ ਦੀ ਸੁੱਖਣਾ ਹੋਵੇ ਤਾਂ ਉਹਨਾਂ ਦੇ ਗੁੱਲੀ ਡੰਡੇ ਚੜ੍ਹਦੇ ਆ ਅਤੇ ਉਹ ਸੁੱਖਣਾ ਲੈਂਦੀ ਉਸ ਤਰੀਕੇ ਨਾਲ ਤਾਂ ਤੁਸੀਂ ਦੇਖ ਰਹੇ ਹੋ ਇੱਥੇ ਗੁੱਲੀ ਡੰਡੇ ਚੜ੍ਹੇ ਹੋਏ ਨੇ ਅਤੇ ਇੱਧਰ ਮਾਤਾ ਜੀ ਦੀ ਮੂਰਤੀ ਦੀ ਸਥਾਪਨਾ ਵਾ ਅਤੇ ਇਸ ਤਰ੍ਹਾਂ ਦਾ ਕੁਛ ਅੰਦਰ ਧੂਣਾ ਜਲ ਰਿਹਾ ਵਾ ਇੱਥੇ ਅਤੇ ਇਸੇ ਮੰਦਿਰ ਦੇ ਵਿੱਚ ਹੀ ਮਾਤਾ ਜੀ ਦੀ ਪਾਦੁਕਾ ਨੇ ਚਰਨ ਪਾਦੁਕਾ ਹੈ ਤਾਂ ਤੁਸੀਂ ਉਹਨਾਂ ਦੇ ਵੀ ਦਰਸ਼ਨ ਕਰੋ ਅਤੇ ਇਸ ਤਰਫ ਵੀ ਮੰਦਿਰ ਦਾ ਹਿੱਸਾ ਹੀ ਆ ਅਤੇ ਪ੍ਰਾਚੀਨ ਇਤਿਹਾਸਿਕ ਜਗ੍ਹਾ ਇਹ ਵਾਲੀ ਮੰਦਿਰ ਤੋਂ ਬਾਹਰ ਆਉਂਦੇ ਹਾਂ ਤਾਂ ਸਾਹਮਣੇ ਵਾਲੀ ਸਾਈਡ ਇੱਕ ਸਾਨੂੰ ਬੜੀ ਵਧੀਆ ਖੂਬਸੂਰਤ ਇਮਾਰਤ ਦੇਖਣ ਨੂੰ ਮਿਲਦੀ ਹੈ ਇਹ ਵੀ ਇੱਕ ਮੰਦਿਰ ਆ ਅਤੇ ਪਹਿਲਾਂ ਤਾਂ ਬੋਰਡ ਪੜ੍ਹਦੇ ਹਾਂ ਵੀ ਕਿਹਨਾਂ ਦਾ ਮੰਦਿਰ ਆ ਇਹ ਜੀ ਲਿਖਿਆ ਮੂਲ ਨਿਵਾਸੀ ਆਦਿਵਾਸੀ ਦਾ ਗੁਰੂ ਭਗਵਾਨ ਵਾਲਮੀਕਿ ਜੀ ਦਾ ਗਿਆਨ ਆਸ਼ਰਮ ਮੰਦਿਰ ਆ ਇਹ ਚੱਲਦੇ ਹਾਂ ਅੰਦਰ ਇਹਦੇ ਵੀ ਦੇਖਦੇ ਹਾਂ ਤਾਂ ਉੱਧਰੋਂ ਜਦੋਂ ਤੁਸੀਂ ਮੇਨ ਤੋਂ ਆਉਂਦੇ ਆ ਅਤੇ ਸੀਤਾ ਮਾਤਾ ਦੀ ਜਿਹੜੀ ਕੁਟੀ ਆ ਉਹ ਤੋਂ ਬਾਅਦ ਇਹ ਬਿਲਕੁਲ ਸਾਹਮਣੇ ਹੀ ਇਹ ਮੰਦਿਰ ਆ ਸਾਹਮਣੇ ਮਹਾਰਿਸ਼ੀ ਵਾਲਮੀਕਿ ਜੀ ਦੀ ਮੂਰਤੀ ਦੀ ਸਥਾਪਨਾ ਵਾ ਅਤੇ ਕਾਫੀ ਖੂਬਸੂਰਤ ਆ ਕਾਫੀ ਉੱਚਾ ਇੱਧਰ ਹਨੂੰਮਾਨ ਜੀ ਲਵ ਕੁਸ਼ ਜਿਹੜਾ ਅਸ਼ਵਮੇਘ ਦਾ ਘੋੜਾ ਪਕੜਿਆ ਉਹ ਵਾਲਾ ਦ੍ਰਿਸ਼ ਇੱਥੇ ਗੇਟ 'ਤੇ ਹੀ ਬਣਾਇਆ ਹੋਇਆ ਵਾ ਅਤੇ ਉਹ ਬਿਲਕੁਲ ਸਾਹਮਣੇ ਜਿਹੜਾ ਵਾ ਬਾਕੀ ਜਾਣ ਦਾ ਰਸਤਾ ਤਾਂ ਚੱਲਦੇ ਅੰਦਰ ਵੀ ਦੇਖਦੇ ਹਾਂ ਵੀ ਕਿੱਦਾਂ ਕਾਫੀ ਖੂਬਸੂਰਤ ਲੱਗ ਰਿਹਾ ਅੰਦਰ ਬਿਲਕੁਲ ਸਾਫ਼ ਸੁਥਰਾ ਉਹ ਇੱਕ ਕਾਰ ਖੜੀ ਆ ਇਹਨਾਂ ਦੇ ਗਿਆਨੀ ਨਾਥ ਮਹਾਰਾਜ ਜੀ ਦੀ ਗੱਡੀ ਆ ਹਾਂਜੀ ਸਰ ਜੀ ਢੱਕਣਾ ਜੀ ਚਲ ਕੋਈ ਨਹੀਂ ਢੱਕਿਆ ਬਾਬਾ ਜੀ ਕੀ ਇਤਿਹਾਸ ਆ ਮਹਾਰਾਜ ਜੀ ਦਾ ਗੁਰੂ ਗਿਆਨ ਨਾਥ ਦਾ ਜੀ ਠੀਕ ਹੈ ਜੀ ਹਾਂਜੀ ਇਹ ਗੁਰੂ ਗਿਆਨ ਨਾਥ ਨੇ 24-40 ਸਾਲ ਭਗਤੀ ਕਰ ਕਰਕੇ ਅਤੇ ਆਣ ਕੇ ਤੀਰਥ ਯਾਦ ਕਰਾਇਆ ਠੀਕ ਹੈ ਜੀ ਅਤੇ ਲੰਗਰ ਭੰਡਾਰੇ ਰਾਤ ਨੂੰ ਚੱਲਦੇ ਆ ਠੀਕ ਆ ਬਾਬਾ ਜੀ ਕੋਈ ਦਿੱਕਤ ਨਹੀਂ ਰਹਿਣ ਵਾਸਤੇ ਕਮਰੇ ਆ ਸੰਗਤਾਂ ਵਾਸਤੇ ਕੋਈ ਖਾਣ ਪੀਣ ਦੀ ਦਿੱਕਤ ਨਹੀਂ ਚਾਹ ਪਾਣੀ ਗੱਪਾ ਪਾਣੀ ਮਿਲੇ ਠੀਕ ਹੈ ਇਹ ਗੁਰੂ ਗਿਆਨਨਾਥ ਦੀ ਕਿਰਪਾ ਦੇ ਨਾਲ ਠੀਕ ਹੈ ਅਤੇ ਬਾਬਾ ਜੀ ਇਹ ਵਾਲਮੀਕੀਆਂ ਦਾ ਡੇਰਾ ਠੀਕ ਹੈ ਇਹ ਵਾਲਮੀਕੀਆਂ ਦਾ ਡੇਰਾ ਵਾ ਜੀ ਅਤੇ ਬਾਬਾ ਜੀ ਦੀ ਗੱਡੀ ਗਿਆਨਨਾਥ ਦੀ ਗੱਡੀ ਆ ਠੀਕ ਹੈ ਪਹਿਲਾਂ ਗੱਡਿਆਂ 'ਤੇ ਘੁੰਮੇ ਆ ਠੀਕ ਹੈ ਜੀ ਰਾਜਸਥਾਨ ਬੀਕਾਨੇਰ ਵੱਲ ਜੀ ਸੁੱਤੀ ਪਈ ਦੁਨੀਆ ਗੜੀ ਪੈਰਾਂ 'ਚ ਸਾਡੀ ਗਰੀਬ ਰੁਲਦੇ ਸੀ ਉਹਨਾਂ ਨੂੰ ਉਠਾਇਆ ਝੰਡੇ ਬੰਨ ਕੇ ਤੀਰਾਂ 'ਤੇ ਘੁੰਮਾਉਣ ਨਾਲ ਚਲੋ ਫਿਰ ਗੱਡੀ ਘੁੰਮਾਈ ਵੀ ਉੱਠੋ ਬਈ ਉੱਠੋ ਉੱਠੋ ਤਕੜੇ ਹੋ ਜਾਓ ਫਿਰ ਉਹ ਸੰਗਤ ਉਹਨੇ ਆਪਣੀ ਸਹਿਯੋਗ ਦਿੰਦੀ ਆ ਮਾਲਵਾ ਰਾਜਸਥਾਨ ਜਾਂ ਮਹਿਲ ਪੈ ਜਾ ਸਹਿਯੋਗ ਦੇ ਨਾਲ ਪਹਿਲਾਂ ਘਰ ਘਰ ਜਾ ਕੇ ਪ੍ਰਚਾਰ ਕੀਤਾ ਪਿੰਡਾਂ 'ਚ ਜਾ ਉਹਨਾਂ ਦਿਨ ਕਿਤੇ ਜੋ ਗਰੀਬੀ ਬਹੁਤ ਸੀ ਬਹੁਤ ਗਰੀਬੀ ਕਿਤੇ ਪਾਣੀ ਨਹੀਂ ਮਿਲਦਾ ਨਹਿਰ ਦਾ ਪਾਣੀ ਮਾੜਾ ਮੋੜ ਕੇ ਬੰਬੀ ਨਹੀਂ ਉਹਨਾਂ ਦਿਨਾਂ ਵਿੱਚ ਇਹਨਾਂ ਨੇ ਗੁਰੂਆਂ ਨੇ ਝੰਡੇ ਬੰਨ੍ਹ ਕੇ ਕੀਤਾ ਕਮਾਨਾਂ ਦੇ ਗਰੀਬਾਂ ਨੂੰ ਉਠਾਇਆ ਹੱਥ ਜੋੜ ਦੇ ਉੱਠੋ ਬਈ ਮੈਂ ਤੁਹਾਡਾ ਗੁਰੂ ਹਾਂ ਵੀ ਤੁਹਾਡੇ ਘਰ ਮੈਂ ਜੰਮਿਆ ਤੁਹਾਡਾ ਗੁਰੂ ਗਰੀਬਾਂ ਦੇ ਘਰ ਜੰਮਿਆ ਗੁਰੂ ਗਿਆਨਨਾਥ ਫਿਰ ਸਭ ਕੁਝ ਬਣਿਆ
ਠੀਕ ਹੈ ਇਹ ਪ੍ਰਾਚੀਨ ਮੰਦਰ ਜਗ੍ਹਾ ਵਾ ਇਹ ਜਗ੍ਹਾ ਜਿਹੜੀ ਇਹ ਬਾਹਮਣ ਲੋਕ ਸਾਰੇ ਰਹਿਣ ਰਹੇ ਆ ਠੀਕ ਹੈ ਜੀ ਮੰਦਰਾਂ ਦੇ ਠੀਕ ਹੈ ਜੀ ਸਾਰੇ ਬਾਹਮਣ ਰਹਿਣ ਰਹੇ ਆ ਇਹ ਗੁਰੂ ਜਗ੍ਹਾ ਹੈ ਨਾ ਉਦੋਂ ਵਿਚਾਰਾਂ ਬੜੀਆਂ ਕਰਦੇ ਸੀ ਮਜ਼ਬੀਆਂ ਦੀਆਂ ਹਾਂ ਜੀ ਮਜ਼ਬੀ ਕਹਿੰਦੇ ਹੁੰਦੇ ਜੀ ਡੇੜੇ ਵੀ ਹੋ ਜਾਂਦੇ ਮਾੜੇ ਮੋਟੇ ਆਪਾਂ ਡੇੜੇ ਵਧੀਆ ਪਾਏ ਜੀ ਇਹ ਜਦੋਂ ਗੁਰੂ ਆਪਣੇ ਆਏ ਨਾ ਇਹ ਬਾਹਮਣ ਉਹ ਬੂਹੇ ਵਾਲੀ ਖਲੋ ਗਿਆ ਆਣ ਕੇ ਕਹਿੰਦਾ ਕੌਣ ਜੋ ਕਹਿੰਦਾ ਜੀ ਸਾਧੂ ਸੰਤ ਕਹਿੰਦਾ ਸਾਧੂ ਸੰਤ ਕਿਹੜੇ ਥੱਲਿਓ ਜੰਮੇ ਜਾਂ ਉੱਤੋਂ ਜੰਮੇ ਜੰਮੇ ਤਾਂ ਜਨਾਨੀ ਪੇਟੋਂ ਫਿਰ ਮਾਰ ਕੇ ਤਾਂ ਵੀ ਮਜ਼ਬੂਤ ਕਰ ਦਿੰਦੇ ਆ ਪਰ ਇਹ ਗਰੀਬਾਂ ਦੀ ਬਾਂਹ ਫੜਨ ਆਇਆ ਅਤੇ ਤੀਰਥ ਯਾਦ ਕਰਾਉਣ ਆਇਆ ਆ ਜਦੋਂ ਬੰਦਾ ਮਾਰ ਕੇ ਸੁੱਟਿਆ ਨਾ ਉਦੋਂ ਗੁਰੂ ਨੂੰ ਫੜਨਾ ਆਇਆ ਅਫਸਰਾਂ ਫੜਨਾ ਬੜੇ ਬੜੇ ਠੀਕ ਹੈ ਜੀ ਹੱਥ ਖੜੀ ਨਹੀਂ ਲੱਗੀ ਗੁਰੂ ਭਗਤੀ ਕਰੀ ਜਾਣ ਡਿਆ ਮੁੜ ਕੇ ਕਹਿੰਦੇ ਬਾਬਾ ਜੀ ਉੱਠੋ ਨਾ ਚਲੋ ਜੀ ਲੈ ਚਲੋ ਜੀ ਫਿਰ 45 ਬੰਦੇ ਨਾਲ ਗਏ ਆਪਣੇ ਠੀਕ ਹੈ ਮੇਰੇ ਅੱਗੇ ਸਾਰੇ ਇੱਧਰ ਅੱਛਾ ਜੀ ਚਲੋ ਗੁਰੂ ਜੀ ਅਸੀਂ ਵੀ ਜਾਵਾਂਗੇ ਨਾਲ ਅਤੇ 45 ਬੰਦੇ ਜਿੱਦਾਂ ਤੁਸੀਂ ਆ ਜਾਓ ਜੇ ਉਹ ਸਰਕਾਰ ਨੇ ਬਣਾਇਆ ਮੰਦਰ ਉੱਧਰ ਸਰਕਾਰ ਕਰਾ ਲੈਣ ਦੀ ਜਿੱਦਾਂ ਤੁਸੀਂ ਆ ਜਾਓ ਤੁਹਾਨੂੰ ਤੁਹਾਡਾ 200 ਰੁਪਈਆ ਰਾਤ ਲੈਣ ਕੋਈ ਤੁਹਾਨੂੰ ਚਾਹ ਨਹੀਂ ਪਿਆਉਣੀ ਕੋਈ ਤੁਹਾਨੂੰ ਪਾਣੀ ਨਹੀਂ ਪੁੱਛਣਾ ਇਹ ਆਪਣਾ ਗਰੀਬਾਂ ਦਾ ਘਰ ਆ ਆਵੇ ਭੰਡਾਰੇ ਚੱਲਣ ਡਏ ਆ ਬਿਲਡਿੰਗਾਂ ਬਣੀਆਂ ਰਹਿਣ ਵਾਸਤੇ ਕਮਰੇ ਅਤੇ ਪੱਖੇ ਚੱਲੇ ਆ ਅਤੇ ਚੱਤੇ ਭਰ ਲੰਗਰ ਤੁਹਾਡਾ ਇਹ ਸੁਨੇਹਾ ਵੀ ਪਹੁੰਚੂਗਾ ਦੁਨੀਆਂ ਨੂੰ ਕੋਈ ਗੱਲ ਨਹੀਂ ਮਾਰ ਮੰਗਲਨਾਥ ਮੇਰਾ ਨਾਮ ਜੀ ਪੂਰਨਾਥ ਦੇ ਚੇਲੇ ਆ ਗੁਰੂ ਪੂਰਨਾਥ ਜੀ ਨੇ ਮਹਿਲ ਛੱਤੇ ਜਾਣ ਠੀਕ ਹੈ ਜੀ ਆਹੋ ਵੇਖੋ ਇਹਨਾਂ ਨੇ ਆਣ ਕੇ ਮਹਿਲ ਮਾੜੀ ਛੱਤੇ ਘਰ ਬਾਹਰ ਛੱਡ ਕੇ ਆਹੋ ਇਹ ਵੀ ਇਕੱਲਾ ਇਕੱਲਾ ਹੀ ਮਾਨ ਪਿਓ ਦਾ ਪੁੱਤ ਇਹਨੇ ਆਣ ਕੇ ਫਿਰ ਸਭ ਕੁਝ ਗੱਡੀਆਂ ਘੁਮਾਈਆਂ ਗੱਡੇ ਘੁਮਾਏ ਗਰੀਬਾਂ ਦੇ ਇਹਨੇ ਫਿਰ ਆਣ ਕੇ ਆ ਮਹਿਲ ਮਾੜੀ ਇਹਨੇ ਛੱਤੇ ਉਹਨੇ ਚੋਲਾ ਛੱਡ ਗਿਆ ਹੁਣ ਤੀਜੀ ਗੱਦੀ ਹੋ ਗਈ ਆਪਣੀ ਠੀਕ ਹੈ ਜੀ ਹੁਣ ਕਿੰਨਾ ਕੋਲ ਤੁਹਾਡੇ ਕੋਲ ਇਹ ਬਾਬੇ ਗੁਰਧਾਰੀ ਨਾਥ ਕੋਲ ਇੱਥੇ ਬੈਠੇ ਹੁਣ ਚਲੇ ਗਏ ਬਾਹਰ ਨੂੰ ਗੱਡੀ ਆਪਣੇ ਖਲੋਤੀ ਨਹੀਂ ਚਲੀ ਗਈ ਇੱਥੇ ਚੇਲੇ ਤੋਂ ਗੱਦੀ ਚੱਲਦੀ ਆ ਠੀਕ ਹੈ ਜੀ ਭਗਤੀ ਜਿੰਨੀ ਕੋਈ ਮਰਜ਼ੀ ਕਰੀ ਜਾਏ ਪਿਛਲੇ ਯੁੱਗਾਂ ਦੀ ਭਗਤੀ ਉਹਨੂੰ ਮਿਲਦੀ ਜਾਂ ਪਿੱਛੇ ਯੁੱਗ ਦਾ ਰਾਜ ਕਰਦੇ ਆ ਇਹਨਾਂ ਵੀ ਯੁੱਗਾਂ ਚੁੱਗਾਂ ਦੇ ਇਹਨਾਂ ਇਹ ਵੀ ਫਿਰ ਇੱਥੇ ਇਹ ਆ ਵੀ ਇੱਥੇ ਆਪੇ ਬੰਦੇ ਆਉਂਦੇ ਅਸੀਂ ਲੈਣ ਨਹੀਂ ਜਾਂਦੇ ਪਰ ਜਿੱਦਾਂ ਮੈਂ ਆ ਗਿਆ ਆ ਗਿਆ ਤੁਸੀਂ ਆਏ ਮੱਥਾ ਟੇਕਣ ਫਿਰ ਪ੍ਰੇਮ ਪੈ ਜਾਣਾ ਹੁਣ ਜਦੋਂ ਤੁਸੀਂ ਆਏ ਜੋ ਮੁੜ ਕੇ ਤੁਹਾਨੂੰ ਅਸੀਂ ਚਾਹ ਚੁ ਪਿਲਾਈ ਪ੍ਰੇਮ ਪੈ ਗਿਆ ਫਿਰ ਤੁਸੀਂ ਆਖਣਾ ਵੀ ਚਲੋ ਜੇ ਆਪਾਂ ਸੰਗਤ ਖੜੀਏ ਜਾਂ ਆਪਾਂ ਰਾਤ ਕੋਈ ਸੇਵਾ ਕਰਕੇ ਆਈਏ ਫਿਰ ਇਹ ਡੇਰਾ ਇਹ ਆਪਣਾ ਸੇਵਾ ਦਾ ਸੇਵਾ ਦੇ ਨਾਲ ਹੀ ਹੈ ਸਾਨੂੰ ਹੁਣ ਜਿੱਦਾਂ ਤੁਹਾਨੂੰ ਅਸੀਂ ਥਾਕੀ ਵੀ ਆਪਦਾ ਕਮਰਾ ਲਓ ਰਹੋ ਤੁਸੀਂ ਜਾ ਕੇ 100 ਬੰਦੇ ਨੂੰ ਦੱਸਣਾ ਵੀ ਉੱਥੇ ਪਈ ਉੱਥੇ ਤਾਂ ਪਈ ਖਾਣ ਪੀਣ ਨੂੰ ਸਭ ਕੁਝ ਮਿਲਦਾ ਕਮਰੇ ਮਿਲਦੇ ਫਰੀ ਇਸ ਮਾਧਿਅਮ ਦੇ ਜ਼ਰੂਰ ਰਾਹੀਂ ਸਭ ਨੂੰ ਪਤਾ ਲੱਗਣਾ ਜੀ ਹਾਂ ਲੱਗਣਾ